ਤੁਸੀਂ ਭਾਈ ਰੇਲ ਟਰੈਕ ਕਿਸਾਨਾਂ ਨੇ ਖਾਲੀ ਕਰ ਦਿੱਤੇ ਹੈਗੇ ਕੇਂਦਰ ਦੇ ਅੜੀਲ ਰਵਈਏ ਦੇ ਕਰਕੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬੜੀ ਅਫਸੋਸ ਦੀ ਗੱਲ ਹੈਗੀ ਕਿ ਪਿਛਲੇ ਕਈ ਮਹੀਨਿਆਂ ਤੋਂ ਹੁਣ ਪੰਜਾਬ ਦੇ ਹਾਲਾਤ ਲਗਾਤਾਰ ਜਿਸ ਤਰ੍ਹਾਂ ਵਿਗੜਦੇ ਜਾ ਰਹੇ ਨੇ ਜਿਹੜੇ ਖੇਤੀ ਕਾਨੂੰਨ ਕਰਕੇ ਆ ਸਾਰਾ ਪੰਜਾਬ 'ਚ ਜਿਹੜੇ ਹਾਲਾਤ ਹੋਏ ਨੇ ਇਹ ਕਹਾਣੀ ਕੋਈ ਜੂਨ ਦੇ ਮਹੀਨੇ 'ਚ ਜਦ ਆਰਡੀਨੈਂਸ ਪਾਸ ਹੋਏ ਉਸ ਸਮੇਂ ਨਹੀਂ ਲੇਕਿਨ ਸ਼ੁਰੂ ਹੋਈ ਸੀ ਪਿਛਲੇ ਸਾਲ ਮਈ 2019 'ਚ ਜਦ ਇਹ ਸਰਕਾਰ ਦੀ ਸਲਾਹ ਮੰਗੀ ਗਈ ਸੀ ਕਿ ਇਹੋ ਜਿਹੇ ਕਾਨੂੰਨ ਬਣ ਰਹੇ ਨੇ ਅਤੇ ਸਾਰੇ ਮੁੱਖ ਮੰਤਰੀਆਂ ਨੂੰ ਬੁਲਾਇਆ ਗਿਆ ਸੀ ਜਿਹਦੇ ਵਿੱਚ ਕੈਪਟਨ ਸਾਹਿਬ ਵੀ ਸ਼ਾਮਿਲ ਹੋਏ ਸੀ ਅਗਲੀ ਮੀਟਿੰਗ 'ਚ ਵਿੱਤ ਮੰਤਰੀ ਸਾਹਿਬ ਨੀਤੀ ਆਯੋਗ ਦੀ ਮੀਟਿੰਗ ਵਾਸਤੇ ਮੁੰਬਈ ਗਏ ਸੀਗੇ ਅਤੇ ਲਗਾਤਾਰ ਉਹਨਾਂ ਦੇ ਅਫਸਰ ਜਾਂਦੇ ਰਹੇ ਲੇਕਿਨ ਜਿਸ ਚੀਜ਼ ਦੀ ਪੈਰਵਾਈ ਅਤੇ ਦੇਖ ਰੇਖ ਉਹਨਾਂ ਨੇ ਜਿਸ ਚੀਜ਼ ਨੂੰ ਨਿਕਾਰਨਾ ਸੀ ਪਿਛਲੇ ਸਾਲ 2019 'ਚ ਉੱਥੇ ਤਾਂ ਸਹਿਮਤੀ ਦੇ ਕੇ ਆ ਗਏ ਜਿਹੜੇ ਕਾਨੂੰਨ ਉਹਨਾਂ ਨੇ ਆਪ ਸੂਬੇ ਵਿੱਚ ਲਾਗੂ ਕੀਤੇ ਹੋਏ ਸੀ ਕਾਂਗਰਸ ਸਰਕਾਰ ਦੇ ਮੈਨੀਫੈਸਟੋ ਦਾ ਹਿੱਸਾ ਸੀ ਉੱਥੇ ਸਹਿਮਤੀ ਦੇ ਕੇ ਜਦ ਕੇਂਦਰ ਦੀ ਸਰਕਾਰ ਨੇ ਉਹ ਕਾਨੂੰਨ ਲਾਗੂ ਕੀਤੇ ਅਤੇ ਲੋਕਾਂ ਵਿੱਚ ਰੋਸ ਪਾਇਆ ਗਿਆ ਉਸ ਟਾਈਮ ਵੀ ਇਸ ਕਾਂਗਰਸ ਸਰਕਾਰ ਨੇ ਕੈਪਟਨ ਸਾਹਿਬ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਦਿੱਲੀ ਜਾ ਕੇ ਇਹਨਾਂ ਕਾਨੂੰਨਾਂ ਨੂੰ ਪਾਰਲੀਮੈਂਟ ਵਿੱਚ ਆਉਣ ਤੋਂ ਪਹਿਲਾਂ ਆਰਡੀਨੈਂਸ ਨੂੰ ਰੋਕਿਆ ਜਾਏ ਬਲਕਿ ਮੈਂ ਆਹ ਕਹਿ ਸਕਦੀ ਹਾਂ ਕਿ ਜਦ ਮੈਨੂੰ 2020 ਦੇ ਮਈ ਦੇ ਮਹੀਨੇ 'ਚ ਤੀਜੇ ਹਫ਼ਤੇ 'ਚ ਜਦ ਮੇਰੇ ਕੋਲ ਫਾਈਲ ਆਈ ਐਗਰੀਕਲਚਰ ਮਿਨਿਸਟਰੀ ਦੀ ਜਿਹਦੇ ਵਿੱਚ ਮੈਂ ਆਪਣਾ ਰੋਸ ਵੀ ਜਤਾਇਆ ਅਤੇ ਲਗਾਤਾਰ ਆਪਣੀ ਸਰਕਾਰ ਨੂੰ ਕਿਹਾ ਕਿ ਕੋਈ ਇਹੋ ਜਿਹਾ ਆਰਡੀਨੈਂਸ ਜਾਂ ਕਾਨੂੰਨ ਨਹੀਂ ਬਣਨਾ ਚਾਹੀਦਾ ਜਦੋਂ ਤਾਈਂ ਕਿਸਾਨਾਂ ਦੀ ਅਤੇ ਸੂਬੇ ਦੀ ਸਰਕਾਰ ਦੀ ਉਹਦੇ ਵਿੱਚ ਸਹਿਮਤੀ ਨਾ ਹੋ ਮੈਨੂੰ ਨਹੀਂ ਪਤਾ ਸੀ ਕਿ ਸੂਬੇ ਦੀ ਸਰਕਾਰ ਸਹਿਮਤੀ ਦੇ ਚੁੱਕੀ ਹੈ ਬਾਰ ਬਾਰ ਮੈਨੂੰ ਆਸ਼ਵਾਸਨ ਦਿਆਇਆ ਗਿਆ ਕਿ ਪਾਰਲੀਮੈਂਟ ਵਿੱਚ ਆਉਣ ਤੋਂ ਪਹਿਲੇ ਕਿਸਾਨਾਂ ਦੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਜਾਣਗੇ ਲਗਾਤਾਰ ਕਿਸਾਨਾਂ ਦੀ ਮੁਲਾਕਾਤ ਐਗਰੀਕਲਚਰ ਮਿਨਿਸਟਰੀ ਤੋਮਰ ਸਾਹਿਬ ਦੇ ਨਾਲ ਵੀਡੀਓ ਕਾਨਫਰੰਸਿੰਗ ਅੱਗੇ ਪਿੱਛੇ ਕੋਸ਼ਿਸ਼ ਸਾਡੀ ਆਹੀ ਰਹੀ ਕਿ ਪੰਜਾਬ ਜਿਸ ਹਾਲਾਤ ਵਿੱਚ ਅੱਜ ਪਹੁੰਚ ਕੇ ਇਸ ਹਾਲਾਤ ਨੂੰ ਨਾ ਬਣਾਇਆ ਜਾਏ ਲੇਕਿਨ ਸੂਬੇ ਦੀ ਸਰਕਾਰ ਨੇ ਜਿਹੜਾ ਫਰਜ਼ ਉਹਨਾਂ ਦਾ ਬਣਦਾ ਸੀ ਇਹ ਸ਼੍ਰੋਮਣੀ ਅਕਾਲੀ ਦਲ ਤਾਂ ਮੈਂ ਆਪਣੇ ਲੈਵਲ 'ਚ ਕਰ ਰਹੀ ਸੀ ਲੇਕਿਨ ਕਾਂਗਰਸ ਸਰਕਾਰ ਤੁਸੀਂ ਦੇਖੋ ਇੱਕ ਵਾਰੀ ਦਿੱਲੀ ਜਾ ਕੇ ਇਹਦੇ ਵੱਲ ਕੋਈ ਉਹਨਾਂ ਨੇ ਕਦਮ ਨਹੀਂ ਚੱਕਿਆ ਬਲਕਿ ਮੈਂ ਆਹ ਕਹਿ ਸਕਦੀ ਹਾਂ ਕਿ ਜਿਸ ਕਿਸਾਨੀ ਸੰਘਰਸ਼ ਨੂੰ ਬਲ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਹਰ ਫਰਜ਼ ਅਦਾ ਕੀਤਾ ਅਸੀਂ ਆਪਣਾ ਗਠਬੰਧਨ ਛੱਡਿਆ ਅਸੀਂ ਆਪਣੀ ਕੁਰਸੀ ਠੁਕਰਾਤੀ ਲੇਕਿਨ ਕਿਸਾਨਾਂ ਦੇ ਨਾਲ ਖੜ ਕੇ ਅਸੀਂ ਸਾਬਤ ਕਰਤਾ ਕਿ ਇਸ ਲੜਾਈ ਵਿੱਚ ਅਸੀਂ ਤੁਹਾਡੇ ਨਾਲ ਹਾਂ ਪਹਿਲੇ ਤੁਹਾਡੇ ਹੱਕ ਵਿੱਚ ਉਹ ਸਰਕਾਰ ਵਿੱਚ ਬਹਿ ਕੇ ਤੁਹਾਡੇ ਹੱਕ ਦੀ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਲੇਕਿਨ ਹੱਕ ਜਦ ਨਹੀਂ ਮਿਲਦਾ ਹੋਇਆ ਦਿਖਿਆ ਅਤੇ ਫਿਰ ਉਹਨਾਂ ਨੂੰ ਹੀ ਠੁਕਰਾ ਕੇ ਤੁਹਾਡੇ ਨਾਲ ਆ ਕੇ ਖੜ ਗਏ ਅਫਸੋਸ ਇਸ ਗੱਲ ਦਾ ਕਿ ਜਿਸ ਸਰਕਾਰ ਦੀ ਜ਼ਿੰਮੇਵਾਰੀ ਸੀ ਪਹਿਲਾ ਡਰਾਮਾ ਵਿਧਾਨ ਸਭਾ 'ਚ ਰਚਿਆ ਜਦ ਉਹਨਾਂ ਨੇ ਵਿਧਾਨ ਸਭਾ 'ਚ ਆਰਡੀਨੈਂਸ ਦੇ ਖਿਲਾਫ਼ ਮਤਾ ਪਾਸ ਕੀਤਾ ਲੇਕਿਨ ਦਿੱਲੀ ਤਾਈਂ ਉਸ ਮਤੇ ਨੂੰ ਪਹੁੰਚਾਉਣ ਦੀ ਖੇਚਲ ਨਹੀਂ ਕੀਤੀ ਜੇ ਕੀਤੀ ਹੁੰਦੀ ਸ਼ਾਇਦ ਪਾਰਲੀਮੈਂਟ 'ਚ ਆਰਡੀਨੈਂਸ ਆ ਕੇ ਇੱਕ ਐਕਟ ਨਹੀਂ ਬਣਦਾ ਦੂਜਾ ਡਰਾਮਾ ਜਿਹੜੇ ਉਹਨਾਂ ਦੇ ਐਮਪੀਆਂ ਨੇ ਜਦ ਵੋਟਿੰਗ ਦਾ ਸਮੇਂ ਆਇਆ ਭਾਵੇਂ ਉੱਥੇ ਬਟਨ ਵਾਲੀ ਵੋਟਿੰਗ ਨਹੀਂ ਸੀ ਲੇਕਿਨ ਆਵਾਜ਼ ਵਾਲੀ ਵੋਟਿੰਗ ਹੁੰਦੀ ਹੈ ਕੋਈ ਬਿੱਲ ਵੋਟਿੰਗ ਤੋਂ ਬਿਨਾਂ ਪਾਸ ਨਹੀਂ ਹੁੰਦਾ ਲੇਕਿਨ ਵੋਟਿੰਗ ਦੇ ਸਮੇਂ ਆਮ ਆਦਮੀ ਅਤੇ ਕਾਂਗਰਸ ਪਾਰਟੀ ਵਾਕਆਊਟ ਕਰਕੇ ਇੱਕ ਤਰ੍ਹਾਂ ਦੇ ਨਾਲ ਸਹਿਮਤੀ ਜਤਾਈ ਅਤੇ ਮਦਦ ਕੀਤੀ ਭਾਜਪਾ ਸਰਕਾਰ ਦੀ ਅਤੇ ਤੀਜਾ ਡਰਾਮਾ ਰਚਿਆ ਗਿਆ ਜਿਹੜਾ ਹੁਣ ਵਿਧਾਨ ਸਭਾ 'ਚ ਕਿਹਾ ਕਿ ਅਸੀਂ ਇਸ ਕਾਨੂੰਨ ਨੂੰ ਰੱਦ ਕਰਦੇ ਹਾਂ ਰੱਦ ਕੀ ਕੀਤਾ ਹੈ ਰੱਦ ਤਾਂ ਕੁਛ ਕੀਤਾ ਹੀ ਨਹੀਂ ਲੇਕਿਨ ਇਹ 'ਚ ਅਮੈਂਡਮੈਂਟ ਪਾਤੀ ਉਸ ਦਿੱਲੀ ਦੇ ਕਾਨੂੰਨ ਵਿੱਚ ਕਿ MSP ਤੋਂ ਘੱਟ ਕੋਈ ਚੋਣਾਂ 'ਤੇ ਕਣ ਖਰੀਦੂਗਾ ਤਾਂ 3 ਸਾਲ ਦੀ ਸਜ਼ਾ ਹੋਊਗੀ MSP ਤੋਂ ਘੱਟ ਸਰਕਾਰ ਖਰੀਦੀ ਹੋਈ ਨਹੀਂ ਹੈਗੀ ਅਤੇ ਇਸ ਅਮੈਂਡਮੈਂਟ ਨੂੰ ਵੀ ਅੱਜ ਤਾਈਂ ਕਾਨੂੰਨ 'ਚ ਨਹੀਂ ਬਦਲਿਆ ਗਿਆ ਸੋ ਹਰ ਪੱਖੋਂ ਲੋਕਾਂ ਨੂੰ ਇਕੱਲੇ ਗੁੰਮਰਾਹ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ 10-15 ਦਿਨ ਪਹਿਲੇ ਐਲਾਨ ਕੀਤਾ ਸੀ 2 ਦਿਨਾਂ 'ਚ ਕੋਇਲਾ ਖਤਮ ਹੋ ਜਾਊਗਾ ਅਤੇ ਹਨੇਰਾ ਹੋ ਜਾਊਗਾ ਪੰਜਾਬ 'ਚ ਦਿੱਲੀ ਵਿੱਚ ਇੱਕ ਤਮਾਸ਼ਾ ਦਾ ਰੂਪ 'ਚ ਦਿਖਾਵੇ ਦੇ ਧਰਨਾ ਕਰਕੇ ਆਏ ਲੇਕਿਨ ਰੇਲ ਮੰਤਰੀ ਨੂੰ ਮਿਲਣ ਵਾਸਤੇ MPਆਂ ਨੂੰ ਭੇਜਦਾ ਹੁਣ MPਆਂ ਦੀ ਕੀ ਸਟੇਟਸ ਹੁੰਦੀ ਹੈ ਜਿਹੜਾ ਸਰਕਾਰ ਦੇ ਵੱਲੋਂ ਕੀ ਆਸ਼ਵਾਸਨ ਦਿਲਾ ਸਕਦੇ ਆ ਜਾ ਕੇ ਸਮਾਂ ਸੀਗਾ ਲੜਨ ਵਾਸਤੇ ਆਪਣੇ ਕਿਸਾਨ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਯੂਰੀਆ ਨਹੀਂ ਮਿਲ ਰਿਹਾ ਜਿਨ੍ਹਾਂ ਨੂੰ DAP ਦੇ 100 ਰੁਪਏ ਵੱਧ ਪੈਸੇ ਦੇਣੇ ਪੈ ਰਹੇ ਨੇ ਜਿਨ੍ਹਾਂ ਨੂੰ ਬਿਜਾਈ ਦੇ ਸਮੇਂ ਅੱਜ ਕੱਟ ਲੱਗ ਰਹੇ ਨੇ ਬਿਜਲੀ ਦੇ ਜਿਨ੍ਹਾਂ ਨੂੰ ਇਹ ਸਾਰੀ ਦਿੱਕਤਾਂ ਆ ਰਹੀਆਂ ਨੇ ਉਹਨਾਂ ਦੀ ਆਵਾਜ਼ ਬਣ ਕੇ ਮੁੱਖ ਮੰਤਰੀ ਨੂੰ ਦਿੱਲੀ ਜਾ ਕੇ ਰੇਲ ਮੰਤਰੀ ਦੇ ਸਾਹਮਣੇ ਹਰ ਤਰ੍ਹਾਂ ਦੇ ਆਪਣਾ ਦਬਾਅ ਪਾਉਣਾ ਸੀ ਕਿ ਕਿਸਾਨਾਂ ਨੇ ਧਰਨਾ ਚੱਕ ਲਿਆ ਤੁਸੀਂ ਪੰਜਾਬ 'ਚ ਬੰਦੀ ਹੋਈ ਚੀਜ਼ਾਂ ਭੇਜੋ ਅਤੇ ਇੱਥੇ ਦਾ ਵਪਾਰ ਵੀ ਅੱਗੇ ਪਿੱਛੇ ਟ੍ਰੇਨ ਦੇ ਰਾਹੀਂ ਸ਼ੁਰੂ ਹੋਏ ਲੇਕਿਨ ਆਹ ਕੁਛ ਨਹੀਂ ਕੀਤਾ ਇੱਕ ਦਿਖਾਵੇ ਦਾ ਧਰਨਾ ਕਰਕੇ ਮੁੱਖ ਮੰਤਰੀ ਸਾਹਿਬ ਵਾਪਸ ਆ ਗਏ ਅੱਜ ਪੰਜਾਬ 'ਚ ਅਫਸੋਸ ਹੈ
कि एक फार्म हाउस वाली सरकार, दिखावे वाली सरकार, झूठे लारे ला के झूठी सौ करके लोगों को गुमराह करके आज आके बह गई है। तो पंजाब का जिन्ना बेड़ा करके आज व्यापार ठप है, दुकानदार दुखी है, किसान सड़कों से उतरे हुए हैं। करोना की महामारी तो लोग अपने जान आप दे आप बचाई जा रहे हैं, सरकार कुछ नहीं कर रही। ये पंजाब के हालात किन्नी देर इस तरह चल सकते हैं, ये सुती हुई सरकार को जगाने की लोड़ है। मैं उम्मीद करती हाँ हुण एमसीआ दे इलेक्शन आन गए, पहले तो लोग ठोक के इन्हों जवाब दसन कि इन्होंने की विकास किया की नहीं किया, पंजाब के की हालात करते ने। जब मौका आता है तो कदे बॉर्डर पार दुश्मना की गल करते हैं, नूरा कुश्ती केंद्र की सरकार नाल कैप्टन साहब खेली जा रहे हैं। जेड़े कानून केंद्र लाती है कैप्टन मोर ला देता है, दिखावा कुछ होर करता है, तो उत्थे सहमति आप ही आप जताई जा रहे हैं। ये सारे नूं नजर मेरे वीर जेड़े कैप्टन साहब ने घपले घोटाले करके विदेशा च काला धन भेज के जिन्हों के कोल केंद्र के कोल सबूत है, आ केस दर्ज यूपीए कांग्रेस सरकार ने किए से। चार साल च कैप्टन साहब के परिवार को किसी ने बुलाया नहीं गया, ठंडे बस्ते च पा के रखे, क्योंकि कैप्टन साहब केंद्र के हरेक इशारे च नचते रहे ने, उन्हों की काम करते रहे, मैंने अंदर होकर देखा है। तो अज जब कैप्टन साहब ने दिखाना होता है कि जी मेरे खिलाफ मैं कुछ केंद्र के खिलाफ कर रहा है, महाराज ये समन भेज देंगे ने, ਇਹ ਵੀ ਸਾਰੀ ਉਹਨਾਂ ਦੀ ਰਲੀ ਮਿਲੀ ਭੁਗਤ ਮਿਲੀ ਭੁਗਤ ਦੇ ਨਾਲ ਚਾਰ ਸਾਲ ਚੜਾ, ਚਾਰ ਸਾਲ ਤੱਕ ਕੇਸ ਖੋਲੇ ਨਹੀਂ ਮੈਡਮ, 2022 ਦੇ ਮੈਡਮ ਲਾਸਟ ਕੈਪਟਨ ਸਾਹਿਬ ਬਿਲਕੁਲ ਰਲੇ ਮਿਲੇ ਨੇ ਦਿੱਲੀ ਦੇ ਨਾਲ, ਇਹ ਪਹਿਲੇ ਵੀ ਰਲੇ ਮਿਲੇ ਸੀਗੇ, ਹੁਣ ਪੂਰੀ ਤਰ੍ਹਾਂ ਰਲੇ ਮਿਲੇ ਨੇ। ਤੇ ਇਹਨਾਂ ਕੈਪਟਨ ਸਾਹਿਬ ਨੇ ਪੰਜਾਬ ਦੇ ਹੱਕ ਵਿੱਚ ਕੁਛ ਨਹੀਂ ਕਰਨਾ ਹੈ, ਕਿਉਂਕਿ ਦਿੱਲੀ ਦੇ ਇਸ਼ਾਰੇ ਵਿੱਚ ਇਹ ਚਲੀ ਜਾ ਰਹੇ ਨੇ, ਬਾਕੀ ਸਿਰਫ ਇੱਥੇ ਦੇ ਲੋਕਾਂ ਨੂੰ ਦਿਖਾਵਾ ਕਰ।